दैनिक सिरचिता दा स्वागत है ते मैं भावना खबर दी शुरुआत करदे इस खबर तो। संगरूर लोकसभा दे उपचुनाव लई वोटिंग अज संपूर्ण होई। पिछले कुछ दिनों तो सारियां सियासी पार्टियां दा चोण प्रचार दौरान पूरा जोर लगा होया सी। इस मौके जेकर संगरूर जिमनी चोणां विच प्रचार दी गल करिए तां आम आदमी पार्टी दा चोण प्रचार सिखरां ते रहा। मुख्यमंत्री भगवंत मान ने पार्टी उम्मीदवार दे हक च हल्के अंदर ताबड़तोड़ प्रचार करदिआं रोड शो कीते ते कैबिनेट मंत्री ते विधायक ਵੱਲੋਂ ਵੀ ਦੱਬ ਕੇ ਚੋਣ ਪ੍ਰਚਾਰ ਪਖਾਈ ਰੱਖਿਆ। ਅਖੀਰਲੇ ਦਿਨ 'ਚ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਵੀ ਹਲਕੇ 'ਚ ਪ੍ਰਚਾਰ ਕੀਤਾ ਤੇ ਲੋਕਾਂ ਦਾ ਪਿਆਰ ਕਬੂਲਿਆ। ਉੱਥੇ ਹੀ ਭਾਜਪਾ ਵੱਲੋਂ ਕੇਂਦਰੀ ਲੀਡਰਸ਼ਿਪ ਸਮੇਤ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਤੇ ਹੋਰ ਕਦਾਵਰ ਆਗੂ ਵੀ ਭਾਜਪਾ ਉਮੀਦਵਾਰ ਕੇਵਲ ਸਿੰਘ ਢਿੱਲੋਂ ਲਈ ਚੋਣ ਪ੍ਰਚਾਰ 'ਚ ਡਟੇ ਰਹੇ। ਇਸ ਤਰ੍ਹਾਂ ਕਾਂਗਰਸ ਪਾਰਟੀ ਦੇ ਉਮੀਦਵਾਰ ਦਲਵੀਰ ਸਿੰਘ ਗੋਲਡੀ ਲਈ ਪਾਰਟੀ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਜ਼ਿਆਦਾਤਰ ਚੋਣ ਪ੍ਰਚਾਰ ਕੀਤਾ ਤੇ ਲੋਕਾਂ ਨੂੰ ਵੋਟ ਪਾਉਣ ਦੀ ਅਪੀਲ ਕੀਤੀ। ਇਹਨਾਂ ਤੋਂ ਇਲਾਵਾ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਤੇ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਨੇ ਵੀ ਹਲਕੇ 'ਚ ਰੋਡ ਸ਼ੋਅ ਤੇ ਵੱਖ-ਵੱਖ ਤਰੀਕਿਆਂ ਨਾਲ ਆਪਣਾ ਚੋਣ ਪ੍ਰਚਾਰ ਪਖਾ ਕੇ ਰੱਖਿਆ। ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਅਕਾਲੀ ਦਲ ਦੀ ਉਮੀਦਵਾਰ ਕਮਲਦੀਪ ਕੌਰ ਰਾਜੂਆਣਾ ਦੇ ਹੱਕ ਵਿੱਚ ਡਟੇ ਰਹੇ ਅਤੇ ਵੱਡੀ ਚੋਣ ਕੈਂਪੇਨ ਕੀਤੀ। ਵਧੇ ਅਗਲੀ ਖਬਰ ਵੱਲ। ਲੋਕਾਂ ਨੂੰ ਵੋਟਾਂ ਪਾਉਣ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਸੀ ਪਰ ਸੰਗਰੂਰ ਲੋਕ ਸਭਾ ਉਪਚੋਣ ਨੂੰ ਲੈ ਕੇ ਲੋਕਾਂ 'ਚ ਬਹੁਤ ਹੀ ਘੱਟ ਉਤਸ਼ਾਹ ਵੇਖਣ ਨੂੰ ਮਿਲਿਆ। ਕਿਸੇ ਪਾਸੇ ਵੀ ਲੰਬੀਆਂ ਲਾਈਨਾਂ ਦਿਖਾਈ ਨਹੀਂ ਦਿੱਤੀਆਂ ਬਲਕਿ ਪੋਲਿੰਗ ਬੂਥ ਸੁੰਨਸਾਨ ਪੇ ਨਜ਼ਰ ਆਇਆ ਤੇ ਬਹੁਤ ਘੱਟ ਗਿਣਤੀ 'ਚ ਲੋਕ ਵੋਟਾਂ ਪਾਉਣ ਲਈ ਪੋਲਿੰਗ ਬੂਥਾਂ 'ਤੇ ਦਿਖਾਈ ਦਿੱਤੇ। ਆਮ ਲੋਕਾਂ ਨੇ ਦੱਸਿਆ ਕਿ ਝੋਨੇ ਦੀ ਲੁਆਈ ਦਾ ਸੀਜ਼ਨ ਚੱਲਦਾ ਹੋਣ ਕਾਰਨ ਅਤੇ ਅੱਤ ਦੀ ਪੈਰੀ ਗਰਮੀ ਕਾਰਨ ਲੋਕਾਂ ਦਾ ਇਸ ਚੋਣ ਪ੍ਰਤੀ ਉਤਸ਼ਾਹ ਘੱਟ ਹੈ। ਜੇਕਰ ਚੋਣ ਨਤੀਜੇ ਦੇ ਅੰਦਾਜ਼ੇ ਦੀ ਗੱਲ ਕਰੀਏ ਤਾਂ ਇੱਥੇ ਸਾਰੀਆਂ ਸਿਆਸੀ ਪਾਰਟੀਆਂ ਨੇ ਪੂਰਾ ਜ਼ੋਰ ਲਗਾਇਆ ਹੋਇਆ ਹੈ। ਹੁਣ ਦੇਖਣਾ ਇਹ ਹੋਵੇਗਾ ਕਿ 26 ਜੂਨ ਨੂੰ ਐਲਾਨੇ ਜਾਣ ਵਾਲੇ ਨਤੀਜਿਆਂ 'ਚ ਲੋਕ ਕਿਹੜੀ ਪਾਰਟੀ ਦਾ ਮਾਣ ਰੱਖਦੇ ਨੇ। ਸੰਗਰੂਰ ਲੋਕ ਸਭਾ ਜਿਮਣੀ ਚੋਣ ਲਈ ਵੋਟਿੰਗ ਸਵੇਰੇ 8 ਵਜੇ ਤੋਂ ਸ਼ੁਰੂ ਹੋਈ ਹੈ। ਇਸ ਦੇ ਨਾਲ ਹੀ ਸੁਨਾਮ ਦਾ ਇੱਕ ਵੋਟਿੰਗ ਬੂਥ ਕਾਫੀ ਚਰਚਾ ਵਿੱਚ ਹੈ। ਅਸਲ ਵਿੱਚ ਇਸ ਨੂੰ ਮੈਰਿਜ ਪੈਲੇਸ ਵਾਂਗ ਸਜਾਇਆ ਗਿਆ ਹੈ। ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਵੋਟਿੰਗ ਬੂਥ ਦੀ ਐਂਟਰੀ ਨੂੰ ਫੁੱਲਾਂ ਅਤੇ ਗੁਬਾਰਿਆਂ ਨਾਲ ਸਜਾਇਆ ਗਿਆ। ਇਸ ਨੂੰ ਦੇਖ ਕੇ ਇੱਕ ਵਾਰ ਤਾਂ ਇੰਜ ਲੱਗਿਆ ਜਿਵੇਂ ਕਿਸੇ ਵਿਆਹ ਸਮਾਗਮ ਦੀ ਸਜਾਵਟ ਹੋਵੇ। ਇਸ ਦੇ ਸੰਬੰਧ ਵਿੱਚ ਇਲਾਕੇ ਦੇ DC ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਇਹ ਕਦਮ ਲੋਕਾਂ ਨੂੰ ਵੋਟ ਪਾਉਣ ਲਈ ਉਤਸ਼ਾਹਿਤ ਕਰਨ ਲਈ ਚੁੱਕਿਆ ਗਿਆ ਹੈ ਤਾਂ ਜੋ ਲੋਕ ਵੱਧ ਚੜ੍ਹ ਕੇ ਆਪਣੀ ਵੋਟ ਪਾਉਣ ਲਈ ਆ ਸਕਣ। ਨਹੀਂ, ਇਹ ਬੂਥ ਜਿਹੜਾ ਹੈਗਾ ਯਾਨੀ ਕਿ ਆਲ ਫੀਮੇਲ ਮੈਨੇਜ ਬੂਥ ਹੈ। ਇੱਥੇ ਬਹੁਤ ਹੀ ਚੰਗਾ ਇੱਥੇ ਕੰਮ ਚੱਲ ਰਿਹਾ ਹੈ ਰਿਗਾਰਡਿੰਗ ਵੋਟਿੰਗ ਐਂਡ ਆਲ ਐਂਡ ਇੱਕ ਫੀਮੇਲ ਸਸ਼ਕਤੀਕਰਨ ਦਾ ਦਿਖਦਾ ਹੈਗਾ। ਇਹ ਦਿਖਦਾ ਹੈ ਕਿ ਜਿਹੜੀ ਫੀਮੇਲਸ ਹੈਗੀਆਂ ਉਹ ਵੱਧ ਚੜ੍ਹ ਕੇ ਜਿਹੜਾ ਹੈਗਾ ਹਿੱਸਾ ਲੈ ਰਹੀਆਂ ਵੋਟਿੰਗ ਪ੍ਰੋਸੈਸ ਨੂੰ ਮੁਕੰਮਲ ਕਰਨ ਵਾਸਤੇ। ਇਸ ਪੂਰੇ ਪ੍ਰੋਸੈਸ ਨੂੰ ਡੈਮੋਕ੍ਰੇਸੀ ਦਾ ਜਿਹੜਾ ਫੈਸਟੀਵਲ ਹੈ ਇਹਨੂੰ ਮਨਾਉਣ ਦੇ ਲਈ ਫੀਮੇਲਸ ਬਹੁਤ ਚੰਗਾ ਕੰਮ ਕਰ ਰਹੀਆਂ। ਲੱਗਦਾ ਜਿਵੇਂ ਗਰਮੀ ਦਾ ਮਾਹੌਲ ਆ ਤਾਂ ਇਦਾਂ ਦਾ ਮਾਹੌਲ ਦੇਖ ਕੇ ਜਿਹੜੇ ਲੇਡੀਜ਼ ਅਟੈਕਟ ਹੋਣਗੀਆਂ। ਨਹੀਂ, ਡੈਫੀਨੇਟਲੀ ਜੀ, ਔਰ ਰੱਬ ਦੀ ਮਿਹਰ ਰਹੀ ਹੈ ਕਿ ਪਿਛਲੇ 3-4 ਦਿਨਾਂ ਤੋਂ ਮੌਸਮ ਥੋੜ੍ਹਾ ਚੰਗਾ ਰਿਹਾ ਹੈ ਅਤੇ ਇਸ ਕਰਕੇ ਅੱਜ ਗਰਮੀ ਵੀ ਹੈ ਪਰ ਫਿਰ ਵੀ ਯਾਨੀ ਕਿ ਅੱਜ ਮੌਸਮ ਬਹੁਤ ਚੰਗਾ ਹੈ ਅਤੇ ਲੋਕ ਵੀ ਜਿਹੜੇ ਹੈਗੇ ਮੌਸਮ ਚੰਗੇ ਹੋਣ ਕਰਕੇ ਵੱਧ ਚੜ੍ਹ ਕੇ ਹਿੱਸਾ ਲੈਣਗੇ, ਇਹ ਮੇਰੀ ਉਮੀਦ ਹੈ। ਤੁਸੀਂ ਖੁਦ ਆ ਕੇ ਸਰਵੇ ਕੀਤਾ, ਕਿਵੇਂ ਦਾ ਤੁਹਾਨੂੰ ਫੀਲ ਹੋਇਆ, ਮਾਹੌਲ ਕਿਵੇਂ ਲੱਗਿਆ? ਮਾਹੌਲ ਬਹੁਤ ਚੰਗਾ ਹੈ ਜੀ। ਲੋਕੀ, ਮੈਂ ਵੋਟਰਸ ਨਾਲ ਵੀ ਗੱਲ ਕੀਤੀ ਕਿ ਕਿਸ ਤਰ੍ਹਾਂ ਦੇ ਉਹਨਾਂ ਨੂੰ ਪ੍ਰਬੰਧ ਲੱਗੇ, ਉਹ ਵੀ ਲੋਕੀ ਵੀ ਕਾਫੀ ਖੁਸ਼ ਹੈਗੇ ਕਿ ਇਸ ਤਰ੍ਹਾਂ ਦੇ ਬੂਥ ਜਿਹੜੇ ਕਾਫੀ ਘੱਟ ਦੇਖਣ ਨੂੰ ਮਿਲਦੇ ਹੈ ਪਰ ਜਦੋਂ ਬਣਿਆ ਹੈਗਾ ਲੋਕਾਂ ਦੇ ਵਿੱਚ ਕਾਫੀ ਉਤਸ਼ਾਹ ਹੈਗਾ। ਇਸ ਦੌਰਾਨ ਲੋਕਾਂ ਵਿੱਚ ਜਿੱਥੇ ਵੋਟ ਪਾਉਣ ਦਾ ਰੁਝਾਨ ਘੱਟ ਦਿਖਾਈ ਦਿੱਤਾ ਉੱਥੇ ਹੀ ਹਰ ਪਾਰਟੀ ਦੇ ਉਮੀਦਵਾਰ ਵੱਲੋਂ ਆਪਣੀ ਵੋਟ ਦੀ ਇਸਤੇਮਾਲ ਆਪਣੀ ਵੋਟ ਦਾ ਕੀਤਾ ਗਿਆ ਅਤੇ ਆਪਣੀ ਜਿੱਤ ਦਾ ਦਾਅਵਾ ਕੀਤਾ ਗਿਆ। ਇਸੇ ਚੱਲਦੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੇਲ ਸਿੰਘ ਕਰਾਚੋ ਵੱਲੋਂ ਪਰਿਵਾਰ ਸਮੇਤ ਆਪਣੀ ਵੋਟ ਦਾ ਇਸਤੇਮਾਲ ਕੀਤਾ ਗਿਆ ਅਤੇ ਉਹਨਾਂ ਆਪਣੇ ਜੱਦੀ ਪਿੰਡ ਕਰਾਚੋ ਵਿਖੇ ਆਪਣੀ ਵੋਟ ਦਾ ਭੁਗਤਾਨ ਵੀ ਕੀਤਾ। ਇਸ ਮੌਕੇ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਵੋਟ ਪਾਉਣ ਅਤੇ ਆਪਣੀ ਸੂਝ-ਬੂਝ ਦੇ ਨਾਲ ਇਮਾਨਦਾਰ ਵੋਟਰ ਚੁਣਨ। ਅਧਿਕਾਰੀ ਅੰਦਰ ਗਏ ਤਕਰੀਬਨ 45 ਅਧਿਕਾਰੀ ਅਤੇ ਮੰਤਰੀ ਅੰਦਰ ਗਏ ਨੇ ਤੇ ਇਹ ਕਾਰਵਾਈ ਅੱਗੇ ਵੀ ਚੱਲਦੀਆਂ ਰਹਿਣਗੀਆਂ। ਜੋ ਖਜ਼ਾਨਾ ਸੀਗਾ ਖਜ਼ਾਨੇ ਦੀ ਲੁੱਟ ਸੀ ਉਹ ਬੰਦ ਹੋਈ ਹੈਗੀ ਅਤੇ ਇਹਨਾਂ ਕੰਮਾਂ ਨੂੰ ਦੇਖਦੇ ਹੋਏ ਲੋਕ ਪੱਕੀ ਕੰਮਾਂ ਨੂੰ ਦੇਖਦੇ ਹੋਏ ਲੋਕ ਫਾਈਟ ਹਮੇਸ਼ਾ ਸਾਡੀ 2 ਮਿੰਟ ਖੜ ਜਾਓ ਬਈ। ਗੁਰਮੇਲ ਸਿੰਘ ਜੀ, ਦਿੱਲੀ ਤੁਸੀਂ ਲੋਕ ਸਭਾ ਜਾਓਗੇ ਜਿੱਤ ਕੇ, ਪੰਜਾਬ ਦੇ ਕਿਹੜੇ ਮੁੱਦੇ ਉਠਾਓਗੇ?
देखो पंजाब के बहुत सारे मुद्दे नेगे जो चक्कन वाले नेगे, जिस तरह नौजवान मिले तो उन्होंने अपने मुद्दे दसे, तो यूनियन ने अपने मुद्दे दसे, ट्रक यूनियन ने उन्होंने भी सेंटर सरकार वालों धक्का हो रहा है, तो जो साढ़े नौजवानों धक्का हो गया अग्निपथ पथ स्कीम लैके आई है सरकार, उन्होंने मुद्दे चल रहा आपने चिट्ठी वायरल की है, झूठी चिट्ठी। देखो इस तरह का किसी चिट्ठी बारे मैं आवाज उठाई जाओ, हमेशा आवाज देखो मान साहब लगातार गाइड करते रहे ने भी किस तरीके जो टाइम लेना गा, ज़्यादातर जो सिंगल एम पी सके साढ़े टाइम बहुत घट मिलता सीगा, उन्होंने दस्या भी किस तरह आपां टाइम नूं ज़्यादा लै सकते, जीरो आर दे विच किस तरह क्वेश्चनिंग करनी हैगी, उत्थों आपां किस तरह ग्रांट लैके आनी है, किस तरह काम करना, काफ़ी मुद्दे तक दस्या मान साहब ने, तो अगे भी दसते रहेंगे। इस तों इलावा भारतीय जनता पार्टी के उम्मीदवार केवल सिंह ढिल्लों वालों बरनाला विखे वोट का भुगतान किया गया, उन्होंने दावा करदिया कहा कि लोग भाजपा नूं लैके बहुत उत्साहित नज़र आ रहे हैं अते लोग इस वार वड्डा बदलाव चाहते ने, जिस तरह तीन महीने पहला लोगों ने बदलाव करते हुए आम आदमी पार्टी ते भरोसा किया सी, पर वह लोगों दीआं उम्मीदां ते खरे नहीं उतरे, हुण लोगों का आम आदमी पार्टी तो मोह भंग हो चुका है। मैं पिछले 14 दिन दे जिहड़ा चोण प्रचार दे दौरान ये देखिया कि लोगों बहुत ज़्यादा उत्साह, लोग एक बदलाव चाहते हैं, जिहड़ा 3 महीने पहला लोगों ने बदलाव किया सी पंजाब दे ने, एक बहुत बड़ा फतवा जिहड़ा इतिहासिक फतवा सी, एदू पहला कदे फतवा मिलिया नहीं, सो लोगों ने यह देखिया सी कि असी एक चेंज चाहते हैं, बदलाव चाहते हैं, पर लोगों का भंग जिहड़ा भंग हो चुकिया, लोगों को यह लग्या कि इस वेले असी साढ़े नाल धोखा हो गया, सो वो बदलाव का हुण बदला लैण लई लोकी वोट पा रहे, लोग बहुत सियाणे हो गए, लोगों ने समझ लिया कि इस वेले जिहड़ी ये चोण आ ये केंद्र का चोण आ, जिहड़ा संसद आ केंद्र च जाना, जिहड़ी केंद्र सरकार बनी हुई है, मैं कोई केंद्र सरकार बनाउण नहीं जा रहा, मैं सरकार का हिस्सा बनाउण जा रहा, दूजी गल है कि नरेंद्र मोदी जी ने मन बनाया कि पंजाब की मैं मदद करनी आ, उन्हां दी अपनी भी कि इस 2022 तो बाद मैं 2 साल लई जा रहा, इस तो अगे 5 साल होर सानू फायदा कि असी 7 साल लई मैनू मिलेगा चांस, कि जे ये 2 साल लई जाके जो आपां नरेंद्र मोदी जी तो कि केंद्र विच उन्हां दी सरकार आ, कि ये जिहड़ी चोण है महापंचायत की चोण आ, पार्लियामेंट की चोण आ, जो कुछ उन्हां तो मंगांगे वो आपां नूं देणगे, क्योंकि उन्होंने 2024 दे विच 13 सीटा पंजाब दियां भारतीय जनता पार्टी नूं जाना, हिंदुस्तान के लोगों ने मन बना लिया कि 2024 दे विच भी श्री नरेंद्र मोदी जी की भारतीय जनता पार्टी की सरकार केंद्र च आउणी। इस तों इलावा कांग्रेस के उम्मीदवार दलबीर सिंह गोल्डी वालों धूरी विखे अपनी वोट पाई गई, इस मौके उन्होंने कहा कि आम आदमी पार्टी जिहड़े वादे करके सत्ता विच आई सी उन्होंने पूरे करवाउण दे लई उह लोकां दी आवाज़ बने रहणगे, उन्होंने कहा कि सारिया पार्टियां तो नाराज़ लोगों ने आम आदमी पार्टी के रूप में बदलाव किया सी, पर 3 महीने विच उन्हां वल्लों कोई भी काम नहीं किया गया, इसी लोगों का रुझान मुड़ कांग्रेस विच आया अते लोग उन्हां दे पक्ष विच ही फैसला लैणगे। जिहड़े सारे कैंडीडेट्स होंदे ने जी और सारे जिहड़े जिन्नियां भी पार्टियां ने वह जितने वास्ते लड़दियां होंदियां ने जी इलैक्शन, हरेक बंदा जिहड़ा लड़दा होंदा, सो सारे जिहड़े कैंडीडेट्स ने उहनां नूं मेरे वल्लों शुभेच्छावां, चाहे वह आजाद ने चाहे वह पार्टी के ने, सो मैनू लगता कि जिथे साडे अज मैं धूरी मेरा अपना शहर आ जी, जिथे मैं जम्मिया मरना भी इत्थे आ, सो मैनू पूर्ण विश्वास आ कि धूरी वाले ऐतकी जिवें पहला मुख्यमंत्री नूं चुनिया सी, सो मैंबर पार्लीमेंट नूं चुनणगे तां कि विरोधी धिर दा एक जिहड़ी आवाज़ आ उह बुलंद कर सकीए, क्योंकि सत्ताधारी धिर जिहड़े वादियां तों मुनकर हो रही आ ਉਹ ਅੱਜ ਜੇ ਉਹ ਮੈਨੂੰ ਜਿਤਾਉਂਦੇ ਨੇ ਲੋਕ ਤਾਂ ਮੈਨੂੰ ਲੱਗਦਾ ਕਿ ਇਹ ਬਹੁਤ ਲਾਹੇਵੰਦ ਹੋਊਗਾ, ਕਿਉਂਕਿ ਕੰਪੀਟੀਸ਼ਨ ਦੇ ਤੌਰ ਤੇ ਅਸੀਂ ਉਹਨਾਂ ਨੂੰ ਹਰੇਕ ਜਗ੍ਹਾ ਦੇ ਉੱਤੇ ਚੈਲੰਜ ਕਰਕੇ ਜਿਹੜੇ ਲੋਕਾਂ ਦਾ ਵਾਅਦੇ ਉਹਨਾਂ ਨੇ ਕਰੇ ਹੋਏ ਨੇ ਉਹਨਾਂ ਨੂੰ ਪੂਰਾ ਕਰਵਾਉਣ ਦੇ ਲਈ ਮੈਂ ਲੋਕਾਂ ਦੀ ਆਵਾਜ਼ ਬਣਾ। ਬਿਲਕੁਲ ਜੀ, ਬਹੁਤ ਕੰਮ ਦਾ ਟਾਈਮ ਆ, ਜੀਰੀ ਲੱਗ ਰਹੀ ਹੈ ਜੀ ਪੰਜਾਬ ਸਾਰਾ, ਤੁਸੀਂ ਇਹ ਮੰਨ ਕੇ ਚੱਲੋ ਵੀ ਹਰੇਕ ਚਾਹੇ ਸਾਡੇ ਜਿੰਨੇ ਵੀ ਕਿਸਾਨ ਭਰਾ ਨੇ, ਸਾਡੇ ਦਿਹਾੜੀਦਾਰ ਵੀਰ ਨੇ, ਸਾਡੇ ਦੁਕਾਨਦਾਰ ਭਰਾ ਨੇ, ਸਾਰੇ ਬਿਜ਼ੀ ਨੇ,
एक गर्मी बहुत पै रही है सो ए कारण करके तो वोट परसेंटेज मैं लगता घट घटूगी। कांग्रेस को 18% आम आदमी पार्टी को 53% वोट फीसद है लगता कि वो वड्डा गैप है जो पूर्व के कामयाब हो पाओगे। जिहड़ा तुसीं पुछिया पहला सवाल भी मुकाबला किहदे नाल लगदा सारिआं नाल ही मुकाबला हुंदा सारिआं पार्टियां ही आपदा दमकम लाउंदियां ने आजाद उम्मीदवार लाउंदे ने सो मैं तां पहले ही कहा भी सारिआं नूं बेस्ट विशेस जिहड़ा तुसीं नहीं कहा उन्हां दी काडर वोट नहीं हैगी इह पक्की वोट नहीं सी इह कितना किते कोई नाराजगियां जिहड़े साडे पार्टियां तों सी उन्हां नाल मैनूं लगदा शायद लोकां ने फतवा दित्ता बट इस बार जिहड़ा टोटली रुझान आ जिहड़ा चेंज होणगे क्योंकि 3 महीनों च वो तो मिले ही नहीं किसी दूसरिया पार्टियां काम करने की तो बहुत दूर की गल आ एक तरह का केजरीवाल ने एक उन्होंने समझ लो डिक्टेटरशिप नाल MLAs भी घरे बिठा रखे ने वर्करां दी तां कित्थे सुनवाई होगी ना किसी थाने ठप्पे वह तो बेचारे उन्होंने आई नहीं हुण 3 महीने हो गए इत्थे साढ़े मुख्यमंत्री साहब आए ही नहीं जी लोग मिलणगे कित्थों वो काम कित्थों कराउणगे ऐ थोड़ी होगा भी 4 महीनों बाद जी कोई काम कराउणगे लोड़ तां मैनूं अज्ज आ जी इस टाइम मैनूं जरूरत है किसी काम की लोग ऐ थोड़ी है भी 6 महीने वेट करी जाणगे जी उदों। ਉੱਥੇ ਆਮ ਆਦਮੀ ਪਾਰਟੀ ਦੇ ਕੈਬਨਿਟ ਮੰਤਰੀ ਮੀਤ ਹੇਅਰ ਵੋਟ ਪਾਉਣ ਤੋਂ ਬਾਅਦ ਜਿੱਤ ਦਾ ਦਾਅਵਾ ਕੀਤਾ ਹੈ। ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੇਲ ਸਿੰਘ ਜਿੱਤ ਪ੍ਰਾਪਤ ਕਰਕੇ ਲੋਕ ਸਭਾ ਵਿੱਚ ਜਾਣਗੇ ਜਦਕਿ ਬਾਕੀ ਪਾਰਟੀਆਂ ਦੀਆਂ ਜ਼ਮਾਨਤਾਂ ਜ਼ਬਤ ਹੋਣਗੀਆਂ। ਉਹਨਾਂ ਨੇ ਕਿਹਾ ਕਿ ਉਹਨਾਂ ਦਾ ਮੁਕਾਬਲਾ ਕਿਸੇ ਵੀ ਸਿਆਸੀ ਪਾਰਟੀ ਨਾਲ ਨਹੀਂ ਸਗੋਂ ਭ੍ਰਿਸ਼ਟਾਚਾਰ ਅਤੇ ਅਜਿਹੇ ਹੀ ਕਈ ਹੋਰ ਮੁੱਦਿਆਂ ਨਾਲ ਹੈ। ਹੁਣੇ ਆਪਣੇ ਫਾਦਰ ਸਾਹਿਬ ਨਾਲ ਵੋਟ ਕਾਸਟ ਕਰਕੇ ਆਇਆ ਤੇ ਮੈਂ ਸਾਰੇ ਪੰਜਾਬ ਦੇ ਸੰਗਰੂਰ ਅਤੇ ਬਰਨਾਲਾ ਜਿਹੜੇ ਡਿਸਟ੍ਰਿਕਟ ਦੇ ਵਿੱਚ ਇਲੈਕਸ਼ਨ ਹੋ ਰਹੀ ਆ ਸੰਗਰੂਰ ਮੈਂ ਸਾਰੇ ਲੋਕਾਂ ਨੂੰ ਅਪੀਲ ਕਰਨਾ ਚਾਹੁੰਦਾ ਕਿ ਵੋਟ ਦਾ ਇਸਤੇਮਾਲ ਜਿਹੜਾ ਜ਼ਰੂਰ ਕਰਕੇ ਆ ਕਿਉਂਕਿ ਲੋਕਤੰਤਰ ਦੇ ਵਿੱਚ ਸਾਨੂੰ ਸਾਰਿਆਂ ਨੂੰ ਜਿਨ੍ਹਾਂ ਦੀ ਵੀ 18 ਸਾਲ ਤੋਂ ਉੱਪਰ ਕਈ ਸਾਡੇ ਬੱਚਿਆਂ ਨੇ ਪਹਿਲੀ ਵਾਰੀ ਵੋਟ ਦਾ ਇਸਤੇਮਾਲ ਕਰਨਾ ਮੇਰੀ ਸਾਰਿਆਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਜਿਹੜਾ ਪਰਸੈਂਟੇਜ ਜਿਹੜੀ ਹੈ ਉਹ ਪੋਲ ਹੋਣੀ ਚਾਹੀਦੀ। ਬਾਕੀ ਆਮ ਆਦਮੀ ਪਾਰਟੀ 100% ਜਿਹੜੀ ਸੰਗਰੂਰ ਦੀ ਲੋਕ ਸਭਾ ਉੱਥੋਂ ਜਿੱਤ ਜਿਹੜੀ ਆ ਉਹ ਪ੍ਰਾਪਤ ਕਰਨ ਜਾ ਰਹੀ ਹੈ ਕਿਉਂਕਿ ਸਾਰੇ ਪੰਜਾਬ ਦੇ ਲੋਕ ਜਾਣ ਕਿ ਅੱਜ ਜੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤਾਂ ਉਹਦੇ 'ਚ ਸਭ ਤੋਂ ਵੱਡਾ ਯੋਗਦਾਨ ਸੰਗਰੂਰ ਦੇ ਲੋਕਾਂ ਦਾ ਕਿਉਂਕਿ ਸੰਗਰੂਰ ਦੇ ਲੋਕ ਉਹ ਹੈ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਦਾ ਪੰਜਾਬ 'ਚ ਬੂਟਾ ਲਾਇਆ। 14 'ਚ ਵੀ ਇੱਥੋਂ ਜਿਹੜੇ ਸਾਡੇ ਹੁਣ ਮਾਣਯੋਗ ਮੁੱਖ ਮੰਤਰੀ ਆ ਭਗਵੰਤ ਸਿੰਘ ਮਾਨ ਵੱਡੀ ਲੀਡ ਦੇ ਨਾਲ ਉਹਨਾਂ ਨੂੰ ਇੱਥੋਂ ਜਿਤਾ ਕੇ ਭੇਜਿਆ ਅਤੇ ਉਹਨਾਂ ਨੇ ਬਹੁਤ ਅੱਛਾ ਪਰਫੋਰਮ ਕੀਤਾ ਅਤੇ ਉਸ ਤੋਂ ਬਾਅਦ 19 ਦੇ ਵਿੱਚ ਵੀ ਜਦੋਂ ਪੂਰੇ ਹਿੰਦੁਸਤਾਨ 'ਚੋਂ ਇੱਕੋ ਸੀਟ ਆਈ ਆਮ ਆਦਮੀ ਪਾਰਟੀ ਤਾਂ ਵੀ ਸੰਗਰੂਰ ਬਰਨਾਲੇ ਦੇ ਲੋਕਾਂ ਨੇ ਇੱਥੋਂ ਦੁਬਾਰਾ ਮਾਨ ਸਾਹਿਬ ਨੂੰ ਜਿਤਾ ਕੇ ਭੇਜਿਆ ਅਤੇ ਮਾਨ ਸਾਹਿਬ ਨੇ ਐਜ਼ ਏ ਮੈਂਬਰ ਪਾਰਲੀਮੈਂਟ ਬਹੁਤ ਅੱਛਾ ਪਰਫੋਰਮ ਕੀਤਾ ਜਿਹਦੇ ਤੋਂ ਮੈਂ ਸਮਝਦਾ ਕਿ ਦੇਣ ਉਹ ਸੰਗਰੂਰ ਵਾਲੇ ਲੋਕਾਂ ਦੀ ਸੀ ਪਰ ਉਹਨਾਂ ਦੀ ਦੇਣ ਤੋਂ ਖੁਸ਼ ਹੋ ਕੇ ਪੂਰੇ ਪੰਜਾਬ ਦੇ ਲੋਕਾਂ ਨੇ ਉਹਨਾਂ ਨੂੰ 92 ਸੀਟਾਂ ਦੇ ਨਾਲ ਪੰਜਾਬ ਦਾ ਮੁੱਖ ਮੰਤਰੀ ਬਣਾਇਆ। ਸੋ ਉਹਨਾਂ ਦੀ ਸੀਟ ਜਿਹੜੀ ਹੈ ਇਹ ਵੇਕੈਂਟ ਹੋਈ ਹੈ ਮਾਨ ਸਾਹਿਬ ਵਾਲੀ। ਸੋ ਹੁਣ 100% ਜਿਹੜੇ ਸੰਗਰੂਰ ਦੇ ਲੋਕ ਨੇ ਕਿਉਂਕਿ ਪਹਿਲਾਂ ਵੀ ਮਾਨ ਸਾਹਿਬ ਪੀਲੀ ਪੱਗ ਬੰਨ ਕੇ ਉੱਥੇ ਜਾਂਦੇ ਸੀ ਹੁਣ ਵੀ ਪੀਲੀ ਪੱਗ ਵਾਲਾ ਗੁਰਮੇਲ ਸਿੰਘ ਘਰਾਂ 'ਚੋਂ 100% 26 ਤਰੀਕ ਨੂੰ ਨਵੇਂ ਮੈਂਬਰ ਪਾਰਲੀਮੈਂਟ ਬਣ ਕੇ ਸੰਗਰੂਰ ਤੋਂ ਲੋਕ ਸਭਾ ਦੇ ਵਿੱਚ ਜਿਹੜਾ ਉਹ ਜਾ ਰਹੇ ਨੇ। ਇਸੇ ਤਰ੍ਹਾਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਵੱਲੋਂ ਆਪਣੀ ਵੋਟ ਦਾ ਇਸਤੇਮਾਲ ਕੀਤਾ ਗਿਆ। ਉਹਨਾਂ ਨੇ ਦੱਸਿਆ ਕਿ ਝੋਨੇ ਦਾ ਸੀਜ਼ਨ ਅਤੇ ਗਰਮੀ ਦੇ ਚਲਦੇ ਆਮ ਲੋਕਾਂ ਵਿੱਚ ਚੋਣਾਂ ਨੂੰ ਲੈ ਕੇ ਉਤਸ਼ਾਹ ਘੱਟ ਹੈ। ਦੂਜਾ ਜ਼ਿਮਨੀ ਚੋਣਾਂ ਵਿੱਚ ਹਮੇਸ਼ਾ ਹੀ ਲੋਕਾਂ ਦਾ ਘੱਟ ਹੀ ਰੁਝਾਨ ਹੁੰਦਾ ਹੈ ਕਿਉਂਕਿ ਇਸ ਦੇ ਨਾਲ ਹੀ ਸਰਕਾਰ ਨਹੀਂ ਬਣਦੀ, ਸਿਰਫ ਇੱਕ ਸੀਟ 'ਤੇ ਹੀ ਚੋਣ ਹੁੰਦੀ ਹੈ। ਉਹਨਾਂ ਨੇ ਦਾਅਵਾ ਕਰਦਿਆਂ ਕਿਹਾ ਕਿ ਸੰਗਰੂਰ ਦੇ ਲੋਕਾਂ ਦਾ ਆਮ ਆਦਮੀ ਪਾਰਟੀ 'ਤੇ ਭਰੋਸਾ ਹੈ ਅਤੇ ਉਹ ਗੁਰਮੇਲ ਸਿੰਘ ਘਰਾਚੋਂ ਨੂੰ ਜਿਤਾ ਕੇ ਲੋਕ ਸਭਾ ਵਿੱਚ ਭੇਜਣਗੇ। ਉਹ ਬੇਸਿਕਲੀ ਸਾਡੀ ਪਰਫੋਰਮੈਂਸ ਰਿਹਾ ਜਿਸ ਤਰੀਕੇ ਦੇ ਨਾਲ ਭਗਵੰਤ ਮਾਨ ਜੀ ਨੇ ਪਹਿਲਾਂ ਪਾਰਲੀਮੈਂਟ ਦੇ ਵਿੱਚ 8 ਸਾਲ ਪੰਜਾਬ ਦੀ ਬੜੀ ਬੁਲੰਦੀ ਦੇ ਨਾਲ ਆਵਾਜ਼ ਚੱਕੀ ਹੈ, ਨੰਬਰ 1। ਨੰਬਰ 2 ਪਿਛਲੇ 3 ਮਹੀਨਿਆਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਸਾਡਾ ਜਿਹੜਾ ਮੇਨ ਮੁੱਦਾ ਸੀਗਾ ਕਿ ਅਸੀਂ ਭ੍ਰਿਸ਼ਟਾਚਾਰ ਨੂੰ ਪੰਜਾਬ ਦੇ ਵਿੱਚੋਂ ਖਤਮ ਕਰ ਦੇਣਾ ਅਤੇ ਇਹ ਸਾਰੇ ਸਿਸਟਮ ਜਿਹੜੀ 'ਚ ਨਿਘਾਰਾ ਚੁੱਕਿਆ ਇਹਨੂੰ ਦਰੁਸਤ ਕਰ ਦੇਣਾ, ਉਹਦੇ ਵਿੱਚ ਜਿਸ ਤਰੀਕੇ ਦੇ ਨਾਲ ਭਗਵੰਤ ਮਾਨ ਜੀ ਹਰ ਰੋਜ਼ ਪੰਜਾਬ ਹਿਤੈਸ਼ੀ ਫੈਸਲੇ ਲੈ ਰਹੇ ਨੇ ਉਹਦੇ ਉੱਪਰ ਅਸੀਂ ਵੋਟਾਂ ਮੰਗੀਆਂ ਨੇ ਹਲਕੇ ਦੇ ਲੋਕਾਂ ਤੋਂ। ਔਰ ਮੈਂ ਸਮਝਦਾ ਕਿ ਇੱਕ ਤਾਂ ਹੁੰਦੀ ਹੈ ਐਂਟੀ ਇਨਕੰਬੈਂਸੀ ਜਿਹਦੇ 'ਚ ਲੋਕ ਖਿਲਾਫ਼ ਹੁੰਦੇ ਨੇ ਸਰਕਾਰ ਦੇ ਪਾਰਟੀਆਂ ਦੇ ਪਾਰਟੀ ਦੇ ਕਿਉਂਕਿ ਕੁਛ ਕੀਤਾ ਨਹੀਂ ਹੁੰਦਾ ਉਹਨਾਂ ਨੇ, ਪਰ ਜਿਸ ਤਰੀਕੇ ਦੀ ਪਰਫੋਰਮੈਂਸ ਮਾਨ ਸਾਹਿਬ ਦੀ ਇੰਡੀਵਿਜੁਅਲੀ ਵੀ ਔਰ ਮਾਨ ਸਾਹਿਬ ਦੀ ਸਰਕਾਰ ਦੀ ਰਹੀ ਹੈ ਉਹਦੇ ਨਾਲ ਇੱਕ ਪ੍ਰੋ ਇਨਕੰਬੈਂਸੀ ਹੈ ਜਿਹੜੀ ਉਹ ਆਮ ਆਦਮੀ ਪਾਰਟੀ ਦੇ ਫੇਵਰ ਦੇ ਵਿੱਚ ਚੱਲੀ ਹੈ। ਔਰ ਇਸ ਤੋਂ ਇਲਾਵਾ ਗੁਰਮੇਲ ਸਿੰਘ ਇੱਕ ਸਧਾਰਨ
घर का लड़का है, पिंड का सरपंच है, पिंड की जिहड़ी जमीन है उन्होंने बचाने के लिए उन्होंने उस समय की कांग्रेस सरकार दे नाल मत्था ला के रखे। सो मैं समझदा कि जिहड़ा बंदा ग्राउंड तो उठा होवे उन्हूं ग्राउंड रियलिटीज़ का पता हुंदा और चंगे वधिया तरीके नाल उह पार्लीमेंट दे विच संगरूर लोक सभा हल्के की और पंजाब की आवाज़ चक्कणगे। इस दौरान बहुत घट फीसदी वोटिंग नूं देखदे हुए मुख्यमंत्री भगवंत मान वल्लों भारत दे चोण कमिशन नूं वोट पाउण दा समां वधाउण दी मंग कीती गई सी। उन्हां ट्वीट करदिआं मंग करदे हुए कहा कि समां झोने दे सीजन दा है, बहुत लोग दिहाड़ी जां होर कम ते गए होए ने, कृपा करके वोटां पाउण दा समां 6 बजे तों वधा के 7 बजे कर दिता जावे तां कि उह वी बाबा भीम राव अंबेडकर द्वारा रचित संविधान अनुसार अपने वोट दा अधिकार दा इस्तेमाल कर सकन। ਇਸੇ ਹੁਣ ਤੱਕ ਦੀਆਂ ਖਾਸ ਖਬਰਾਂ ਵਧੇਰੇ ਜਾਣਕਾਰੀ ਲਈ ਜੁੜੇ ਰਹੋ ਦੈਨਿਕ ਸਵੇਰਾ ਦੇ ਨਾਲ ਤੇ ਜਾਂਦੇ ਜਾਂਦੇ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ। ਸੰਗਰੂਰ ਜਿਮਨੀ ਚੋਣਾਂ 'ਚ ਨਹੀਂ ਦਿਖਿਆ ਲੋਕਾਂ ਦਾ ਰੁਝਾਨ, ਖਾਲੀ ਵਿਖੇ ਪੋਲਿੰਗ ਬੂਥ। ਸੰਗਰੂਰ ਜਿਮਨੀ ਚੋਣਾਂ 'ਚ ਸਾਹਮਣੇ ਆਈ ਅਨੋਖੀ ਤਸਵੀਰ, ਮੈਰਿਜ ਪੈਲੇਸ ਵਾਂਗ ਸੱਜਿਆ ਸੁਨਾਮ ਦਾ ਵੋਟਿੰਗ ਬੂਥ। ਸਾਰੇ ਉਮੀਦਵਾਰਾਂ ਨੇ ਕੀਤਾ ਵੋਟ ਦਾ ਇਸਤੇਮਾਲ, ਇਮਾਨਦਾਰ ਉਮੀਦਵਾਰ ਨੂੰ ਵੋਟ ਪਾਉਣ ਦੀ ਕੀਤੀ ਅਪੀਲ। ਸਾਰੀਆਂ ਪਾਰਟੀਆਂ ਨੇ ਕੀਤਾ ਜਿੱਤ ਦਾ ਦਾਅਵਾ।